ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ ਯੂਫੋ ਨਿਊਜ਼ ਤੋਂ ਪੰਜਾਬੀ ਖਬਰਾਂ। ਗੁਰਦਾਸਪੁਰ ਵਿਖੇ ਧਾਰੀਵਾਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ASI ਮਨਜੀਤ ਸਿੰਘ ਨੇ ਦੱਸਿਆ ਕਿ SSP ਦੇ ਹੁਕਮਾਂ ਅਨੁਸਾਰ ਪਿੰਡ ਵੱਲ ਵਿੱਚ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਵਰਿੰਦਰ ਸਿੰਘ ਉਰਫ ਭਿੰਡੀ ਪਿੰਡ ਬੱਦੀ ਉਲ ਜਮਾਲ ਨੂੰ ਰੋਕ ਕੇ ਕਾਗਜ਼ ਵਿਖਾਉਣ ਲਈ ਕਿਹਾ ਅਤੇ ਉਸ ਕੋਈ ਠੋਸ ਜਵਾਬ ਨਹੀਂ ਦੇ ਹੋਇਆ ਅਤੇ ਦੁਬਾਰਾ ਸਖਤੀ ਨਾਲ ਪੁੱਛਣ 'ਤੇ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਮੈਂ ਚੋਰੀ ਕੀਤਾ ਹੋਇਆ ਹੈ। ਉਸ ਦੀ ਨਿਸ਼ਾਨਦੇਹੀ 'ਤੇ 4 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ। ਬਾਹੁਕਮ SSP ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਵੱਲ ਨਾਕਾ ਲਾਇਆ ਸੀ ਅਤੇ ਇੱਕ ਮੋਟਾ ਨੌਜਵਾਨ ਮੋਟਰਸਾਈਕਲ ਦਫ਼ਤਰ ਦਿਖਾਈ ਦਿੱਤਾ, ਜਿਹਨੂੰ ਪੁੱਛ ਕੇ ਸਖਤੀ ਨਾਲ ਨਾ ਪਤਾ ਪੁੱਛੇਗਾ ਜੋ ਆਪਣੇ ਕਾਗਜ਼ ਦੇ ਆਪਣੇ ਮੋਟਰਸਾਈਕਲ ਦੇ ਕਾਗਜ਼ ਨਹੀਂ ਪੇਸ਼ ਕਰ ਸਕਿਆ ਅਤੇ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਦੀ ਨਿਸ਼ਾਨਦੇਹੀ 'ਤੇ 4-5 ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ, ਬਾਕੀ ਤਫਤੀਸ਼ ਜਾਰੀ ਹੈ। ਇਸ ਦਾ ਨਾਮ ਵਰਿੰਦਰ ਸਿੰਘ ਭਿੰਡੀ, ਸਾਨੂੰ ਗੁਰਦੀਪ ਸਿੰਘ, ਕੌਮ ਜੱਟ ਵਾਸੀ ਬਜੋਲ ਜਵਾਲ, ਥਾਣਾ ਘੁੰਮਣ ਕਲਾ, ਜਿਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਸੀਂ ਇਸਨੂੰ ਮਾਰਜਨ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਬਾਕੀ ਤਫਤੀਸ਼ ਜਾਰੀ ਹੈ।